ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸ਼ਾ ਫਾਰਮ ਦੇਤੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਆ ਝੋਨੇ ਦੀ ਖਰੀਦ ਨੂੰ ਲੈ ਕੇ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਦੋਂ ਤੋਂ ਜਿਹੜੀ ਆ ਝੋਨੇ ਦੀ ਚਕਾਈ ਝੋਨੇ ਦੀ ਖਰੀਦ ਜਿਹੜੀ ਆ ਉਹ ਸ਼ੁਰੂ ਹੋਵੇਗੀ ਸਰਕਾਰੀ ਖਰੀਦ ਤੇ ਜਿਹੜੀ ਆ ਉਹ ਆ ਗਈ ਆ ਜਿਹੜੀ ਸਰਕਾਰੀ ਖਰੀਦ ਆ ਉਹ 1 ਅਕਤੂਬਰ 2024 ਵੱਲੋਂ ਜਿਹੜਾ ਏ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਪਰ ਸਰਕਾਰ ਦੇ ਐਲਾਨ ਕਰਨ ਤੋਂ ਬਾਅਦ ਆੜਤੀਆਂ ਤੇ ਸੈਲਰ ਮਾਲਕਾਂ ਵੱਲੋਂ ਜਿਹੜੀ ਆ ਹੜਤਾਲ ਕਰਨ ਦੇ ਐਲਾਨ ਕਰ ਦਿੱਤੇ ਗਏ ਜਿਸ ਕਾਰਨ ਝੋਨੇ ਦੀ ਖਰੀਦ ਜਿਹੜੀ ਆ ਉਹ ਸੰਭਵ ਨਹੀਂ ਹੋ ਪਾਈ ਜਿਹੜੇ ਕਿਸਾਨਾਂ ਨੇ ਅਗੇਤਾ ਝੋਨਾ ਲਾਇਆ ਸੀ ਪੱਕ ਕੇ ਤਿਆਰ ਖੜਾ ਹੈ ਕਈਆਂ ਕਿਸਾਨਾਂ ਨੇ ਤਾਂ ਮੰਡੀਆਂ ਵਿੱਚ ਵੀ ਜਿਹੜਾ ਹੈ ਉਹ ਸੁੱਟ ਲਿਆ ਹੈ ਅਗੇਤਾ ਝੋਨਾ ਪਰ ਖਰੀਦ ਨਾ ਹੋਣ ਕਰਕੇ ਕਈ ਕਿਸਾਨ ਝੋਨਾ ਨਹੀਂ ਵੜਾ ਰਹੇ ਤੇ ਕਈ ਜਿਹੜਾ ਏ ਮੰਡੀਆਂ ਚ ਚੋਕੇ ਚੋਂ ਣਾ ਜਿਹੜਾ ਏ ਉਹਨਾਂ ਨੂੰ ਵਾਪਸ ਲਿਓਣਾ ਪੈ ਰਿਹਾ ਏ ਇਸ ਤੋਂ ਬਾਅਦ ਜਿਹੜੀ ਆ ਝੋਨਾ ਵੱਢਣ ਤੋਂ ਬਾਅਦ ਸਬਜ਼ੀਆਂ ਦੀ ਆਲੂਆਂ ਦੀ ਮਟਰਾਂ ਦੀ ਬਜਾਈ ਵੀ ਜਿਹੜੀ ਹੋਣੀ ਸੀ ਜੇਕਰ ਝੋਨਾ ਨਾ ਵੜਿਆ ਗਿਆ ਖਰੀਦ ਨਾ ਆਈ ਤਾਂ ਇਹ ਵੀ ਜਿਹੜੀ ਆ ਬਜਾਈ ਜਿਹੜੀ ਆ ਉਹ ਆਪਾਂ ਨੂੰ ਲੇਟ ਵੇਖਣ ਨੂੰ ਮਿਲੇਗੀ ਪਰ ਕਿਸਾਨਾਂ ਦਾ ਕਿਸੇ ਅੱਗੇ ਵੀ ਜਿਹੜਾ ਏ ਉਹ ਜੋਰ ਨਹੀਂ ਚੱਲ ਰਿਹਾ ਛੇ ਮਹੀਨੇ ਕਿਸਾਨ ਮਰ ਮਰ ਕੇ ਆਪਣੀ ਫਸਲ ਤਿਆਰ ਕਰਦਾ ਏ ਰਾਤਾਂ ਨੂੰ ਜਾਗ ਜਾਗ ਕੇ ਨੱਕੇ ਮੋੜਨੇ ਪੈਂਦੇ ਆ ਕਿੰਨਾ ਖਰਚਾ ਆ ਜਾਂਦਾ ਏ ਪਰ ਜਦੋਂ ਕਿਸਾਨ ਦੀ ਜਿੰਸ ਖਰੀਦਣ ਦੀ ਗੱਲ ਆਉਂਦੀ ਆ ਤਾਂ ਕੋਈ ਵੀ ਜਿਹੜਾ ਇਹ ਕਿਸਾਨ ਦੀ ਸਾਰ ਨਹੀਂ ਲੈਂਦਾ ਚੋਨਾ ਹੀ ਇੱਕ ਅਜਿਹੀ ਫਸਲ ਹੈ ਜਿਸ ਨਾਲ ਕਿਸਾਨ ਦਾ ਸਾਰਾ ਸਰਕਲ ਘੁੰਮਦਾ ਹੈ ਝੋਨੇ ਦੀ ਫਸਲ ਵਿੱਚੋਂ ਹੀ ਜਿਹੜਾ ਹੈ ਕਿਸਾਨ ਨੂੰ ਥੋੜਾ ਬਾਲਾ ਵੱਧ ਮੁਨਾਫਾ ਹੁੰਦਾ ਹੈ ਜਿਸ ਸਿਰ ਤੋਂ ਕਿਸਾਨ ਨੇ ਆਪਣਾ ਸਾਰਾ ਖਰਚਾ ਕਰਦਾ ਖਰਚਾ ਜਾਂ ਹੋਰ ਖੇਤੀਬਾੜੀ ਦੇ ਸੰਦਾਂ ਦਾ ਖਰਚਾ ਜਿਹੜਾ ਇਹ ਸਾਰਾ ਝੋਨੇ ਦੇ ਸਿਰ ਤੇ ਹੀ ਚਲਾਉਣਾ ਹੁੰਦਾ ਹੈ ਪਰ ਸਰਕਾਰ ਜਾਂ ਜਿਨ੍ਹਾਂ ਨੇ ਹੜਤਾਲ ਕੀਤੀ ਆ ਉਹ ਕਿਸਾਨਾਂ ਦੇ ਹਾਲਾਤਾਂ ਦੀ ਜਿਹੜੀ ਆ ਉਹ ਸਾਰ ਨਹੀਂ ਲੈ ਰਹੇ ਕਿਉਂਕਿ ਪਹਿਲਾਂ ਹੀ ਕਿਸਾਨ ਜਿਹੜਾ ਹੈ ਉਹ ਬਹੁਤ ਘਾਟੇ ਵਿੱਚ ਜਾ ਰਿਹਾ ਹੈ ਕਿਸਾਨ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਦੀ ਤਲ ਜਿਹੜੀ ਆ ਨਾ ਖਰੀਦ ਕੇ ਕਿਉਂਕਿ ਜੇਕਰ ਖਰੀਦ ਮੰਡੀਆਂ ਦੇ ਵਿੱਚ ਨਹੀਂ ਹੁੰਦੀ ਤਾਂ ਕਿਸਾਨਾਂ ਕੋਲ ਝੋਨਾ ਵੜਾ ਕੇ ਸਟੋਰ ਕਰਨ ਜੋਗੀ ਵੀ ਕਿਸ ਕਿਸੇ ਕਿਸਾਨ ਕੋਲ ਜਿਹੜੀ ਆ ਜਗ੍ਹਾ ਨਹੀਂ ਹੈਗੀ ਕਿ ਇੰਨਾ ਝੋਨਾ ਜਿਹੜਾ ਏ ਉਹ ਖਰੀਦ ਗ੍ਰਾ ਕਰ ਸਕੇ ਨਾ ਬਾਰਦਾਨਾ ਹੀ ਹੈਗਾ ਹੈ ਵੀ ਜਿਹੜਾ ਉਹ ਭਰ ਕੇ ਬੋਰੀਆਂ ਰੱਖ ਲੇ ਤਾਂ ਬਾਅਦ ਚੋਂ ਵੇਚ ਦੇ ਝੋਨੇ ਦੀ ਇਸ ਵਾਰ ਜਿਹੜੀ ਆ ਖਰੀਦ ਵਿੱਚ ਮੁਸ਼ਕਲ ਆ ਰਹੀ ਤੋਂ ਇਹ ਸਾਬਿਤ ਹੁੰਦਾ ਜਾ ਰਿਹਾ ਹੈ ਕਿ ਸਰਕਾਰ ਜਾਂ ਹੋਰ ਏਜੰਸੀਆਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਝੋਨੇ ਦੀ ਜਿਹੜੀ ਆ ਲਵਾਈ ਪੱਕੇ ਤੌਰ ਤੇ ਬੰਦ ਕਰਵਾਉਣਾ ਚਾਹੁੰਦੇ ਹਨ ਪਰ ਸਰਕਾਰ ਨੂੰ ਪਹਿਲਾਂ ਇਸ ਦਾ ਫੇਰ ਬਦਲ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਜਿਹੜਾ ਇਹ ਕਿਸਾਨ ਝੋਨੇ ਮੰਡੇ ਹੋਰ ਕੋਈ ਫਸਲ ਬੀਜ ਸਕੇ ਪਰ ਇਹ ਗੱਲਾਂ ਥੋੜੀਆਂ ਕਹਿਣੀਆਂ ਸੌਖੀਆਂ ਐ ਪਰ ਕਰਨੀਆਂ ਬਹੁਤ ਔਖੀਆਂ ਐ ਇਸ ਸਾਲ ਝੋਨੇ ਦੀ ਖਰੀਦ ਨੂੰ ਲੈ ਕੇ ਜੋ ਮੁਸ਼ਕਲ ਆ ਰਹੀ ਆ ਇਹ ਅਗਲੇ ਸਾਲਾਂ ਵਿੱਚ ਹੋਰ ਵੱਧ ਜਾਵੇਗੀ ਸੋ ਬਾਸਮਤੀ ਵਾਲੇ ਕਿਸਾਨਾਂ ਲਈ ਜਿਹੜੀ ਆ ਇੱਕ ਖੁਸ਼ਖਬਰੀ ਆ ਕਿ ਜਿਹੜੀ ਆ 4 ਅਕਤੂਬਰ 2024 ਤੋਂ ਬਾਸਮਤੀ ਦੀ ਪ੍ਰਾਈਵੇਟ ਖਰੀਦ ਜਿਹੜੀ ਆ ਫਿਰ ਤੋਂ ਸ਼ੁਰੂ ਹੋ ਰਹੀ ਆ ਅੱਜ 5 ਤਰੀਕ 2024 ਅਕਤੂਬਰ ਦਾ ਮਹੀਨਾ 1 ਤਰੀਕ ਦੀ ਜਿਹੜੀ ਆ ਸਰਕਾਰੀ ਖਰੀਦ ਸ਼ੁਰੂ ਹੋਈ ਆ ਪਰ ਜਿਹੜੀ ਆ ਆੜਤੀਆਂ ਦੇ ਸੈਲਰਾਂ ਵਾਲਿਆਂ ਵੱਲੋਂ ਹੜਤਾਲ ਕਰਕੇ ਜਿਹੜਾ ਏ ਚੂਨੇ ਦੀ ਖਰੀਦ ਸੰਭਵ ਨਹੀਂ ਹੋ ਪਾਈ ਸੋ ਤੁਸੀਂ ਇਸ ਵਿੱਚ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਤੇ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨੀ ਇਸ ਨਾਲ ਇਕੱਲੇ ਕਿਸਾਨ ਦਾ ਨੁਕਸਾਨ ਨਹੀਂ ਹੋ ਰਿਹਾ ਸਗੋਂ ਲੇਬਰ ਕਿਸਾਨ ਟਰੱਕਾਂ ਵਾਲੇ ਇਹਨਾਂ ਸਭ ਦਾ ਨੁਕਸਾਨ ਜਿਹੜਾ ਏ ਉਹ ਹੋ ਰਿਹਾ ਏ ਸੋ ਆਪਣੀ رائے ਜਿਹੜੀ ਆ ਉਹ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨੀ ਇਹ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰ ਦਿਆ ਜੀ